ਹਨਾ ਘਰਾਂ ਦੀ ਸਜਾਉਣਾ ਇਕੱਠਿਆਂ ਹੋਣਾ ਪਾਰਟੀਆਂ ਦੇ ਵਿੱਚ ਉਹਦੇ ਬਾਬਤ ਕੋਈ ਕਾਇਦਾ ਕਾਨੂੰਨ ਹੈਗਾ? ਬਿਲਕੁਲ ਜੀ, ਤੁਸੀਂ ਕਰ ਸਕਦੇ ਹੋ, ਇਹਦੇ ਵਿੱਚ ਕੋਈ ਸਾਡੇ ਵੱਲੋਂ ਕੋਈ ਹਦਾਇਤ ਨਹੀਂ ਹੈਗੀ। ਇਕੱਠ ਕਰਨ ਦੇ ਉੱਤੇ ਕੋਈ ਪਾਬੰਦੀ ਅੱਜ ਦੇ ਸਮੇਂ ਹੈਗਾ? ਕਿੰਨੇ ਕੁ ਲੋਕ ਕਿੱਥੇ ਇਕੱਠੇ ਹੋ ਸਕਦੇ ਕਿਸੇ ਫੰਕਸ਼ਨ ਤੇ, ਕਿਸੇ ਬਾਹਰ-ਬਾਹਰ ਗੈਦਰਿੰਗ ਤੇ, ਦੀਵਾਲੀ ਤੇ? ਸਾਰਾ ਤੌਰ ਤੇ ਹੈਗਾ ਕਿ ਜੇ ਤੁਹਾਡੇ ਨੇਬਰਸ ਤੁਹਾਡੇ ਰੋਲੇ ਦੇ ਨਾਲ ਡਿਸਟਰਬ ਨਹੀਂ ਹੋਏ ਹੈਗੇ, ਤਾਂ ਤੁਸੀਂ ਚਾਹੇ 2 ਤੇ ਪਾਰਟੀ ਕਰ ਲਓ, ਚਾਹੇ 4 ਵਜੇ ਤੱਕ ਪਾਰਟੀ ਕਰ ਲਓ। ਤੇ ਬਚਪਨ ਦੇ ਸ਼ੌਂਕ ਹੁੰਦੇ ਹੁੰਦੇ ਪਟਾਕੇ ਚਲਾਉਣਾ ਦੀਵਾਲੀ ਦੇ ਉੱਤੇ, ਉਹਦੇ ਬਾਬਤ ਕੀ ਹਦਾਇਤਾਂ ਨੇ ਸਰੀ ਆਸੀਆਂ ਦੇ? ਸੋ ਸਿਟੀ ਆਫ ਸਰੀ ਦੇ ਵਿੱਚ ਜਿਹੜੇ ਫਾਇਰ ਵਰਕਸ ਹੈਗੇ ਉਹ ਅਲਾਊਡ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਜੋਗਰਾਜ ਸਿੰਘ ਕਾਲੂ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਦੀਵਾਲੀ ਦਾ ਦਿਨ ਆਉਣ ਵਾਲਾ ਹੈ, ਦੀਵਾਲੀ ਨੂੰ ਅਸੀਂ ਵੱਖੋ ਵੱਖ ਢੰਗ ਤਰੀਕਿਆਂ ਨਾਲ ਮਨਾਉਂਦੇ ਹਾਂ। ਅਸੀਂ ਸਜਾ ਕੇ, ਖਾ ਕੇ, ਪੀ ਕੇ, ਨਾਲ ਅਸੀਂ ਪਟਾਕਿਆਂ ਦੇ ਨਾਲ ਕੋਈ ਗੁਰੂ ਘਰਾਂ ਦੇ ਵਿੱਚ ਇਕੱਠੇ ਹੋ ਕੇ ਕਿਤੇ ਬਾਹਰ ਗੈਦਰਿੰਗਸ ਕਰਕੇ ਮਨਾਉਂਦੇ ਹਾਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਾਹੇ ਕਿਤੇ ਵੀ, ਕਿਉਂਕਿ ਹੁਣ ਕੈਨੇਡਾ ਦੇ ਵਿੱਚ ਵੀ ਬਹੁਤ ਗਿਣਤੀ ਪੰਜਾਬੀਆਂ ਦੀ, ਭਾਰਤੀਆਂ ਦੀ ਵਸੋਂ ਹੈ, ਤੇ ਇੱਥੇ ਵੀ ਦੀਵਾਲੀ ਦੇ ਵੱਖ ਵੱਖ ਫੰਕਸ਼ਨਸ ਹੁੰਦੇ ਨੇ, ਗੁਰਦੁਆਰਿਆਂ 'ਚ ਗੈਦਰਿੰਗਸ ਹੁੰਦੀਆਂ ਨੇ, ਬਾਹਰ ਪਾਰਟੀਆਂ ਹੁੰਦੀਆਂ ਨੇ, ਘਰਾਂ ਦੇ ਵਿੱਚ ਫੰਕਸ਼ਨ ਕੀਤੇ ਜਾਂਦੇ ਆ, ਪਟਾਕੇ ਵੀ ਚਲਾਏ ਜਾਂਦੇ ਆ, ਪਰ ਇਹਦੇ ਬਾਰੇ ਸਹੀ ਜਾਣਕਾਰੀ ਨਹੀਂ ਹੈ ਕਿ ਬਈ ਸਹੀ ਢੰਗ ਤਰੀਕੇ ਨਾਲ ਦੀਵਾਲੀ ਜਿਹੜੀ ਆ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਿੱਦਾਂ ਮਨਾਈ ਜਾ ਸਕਦੀ ਆ, ਕਿਹੜੀਆਂ ਕਿਹੜੀਆਂ ਗਾਈਡਲਾਈਨਸ ਨੇ ਜਿਹੜੀਆਂ ਸਾਨੂੰ ਸਰਕਾਰੀ ਤੌਰ ਤੇ ਜਾਂ ਪੁਲਿਸ ਵੱਲੋਂ ਦਿੱਤੀਆਂ ਜਾਂਦੀਆਂ ਨੇ। ਸੋ ਅਸੀਂ ਸਾਡੇ ਨਾਲ ਸਰੀ ਆਰਸੀਐਮਪੀ ਤੋਂ ਕਨਸਟੇਬਲ ਸਰਬਜੀਤ ਸਾਂਗਾ ਨੇ, ਉਹਨਾਂ ਕੋਲ ਅਸੀਂ ਸਾਰੇ ਕੁਝ ਬਾਰੇ ਜਾਣਕਾਰੀ ਲਵਾਂਗੇ ਕਿ ਕੀ ਅਸੀਂ ਦੀਵਾਲੀ ਤੇ ਕਰ ਸਕਦੇ ਹਾਂ ਤੇ ਕੀ ਦੀਵਾਲੀ ਤੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾ ਸਕਦਾ, ਕਿਹੜਾ ਨਹੀਂ ਕੀਤਾ ਜਾ ਸਕਦਾ। ਸਤਿ ਸ਼੍ਰੀ ਅਕਾਲ ਸੰਗਤ ਜੀ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਡੇ ਸਰੋਤਿਆਂ ਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਦੀਵਾਲੀ ਬਿਲਕੁਲ ਹੁਣ ਚੰਦ ਦਿਨ ਰਹਿ ਗਏ ਨੇ ਦੀਵਾਲੀ ਦੇ ਵਿੱਚ, ਤੇ ਲੋਕ ਆਪੋ ਆਪਣੇ ਤਰੀਕੇ ਨਾਲ ਤਿਆਰੀਆਂ ਕਰਦੇ ਨੇ। ਸਭ ਤੋਂ ਮੇਨ ਗੱਲ ਸਾਡੇ ਵਿੱਚ ਦੀਵਾਲੀ ਦੀ ਹੁੰਦੀ ਆ ਕਿ ਮਤਲਬ ਸਜਾਵਟ ਕਰਨੀ, ਹਨਾ, ਘਰਾਂ ਦੀ ਸਜਾਉਣਾ, ਇਕੱਠਿਆਂ ਹੋਣਾ ਪਾਰਟੀਆਂ ਦੇ ਵਿੱਚ, ਉਹਦੇ ਬਾਬਤ ਕੋਈ ਕਾਇਦਾ ਕਾਨੂੰਨ ਹੈਗਾ? ਫਿਰ ਮੈਂ ਪਟਾਕਿਆਂ ਤੇ ਵੀ ਆਉਣਾ ਜੀ। ਬਿਲਕੁਲ ਜੀ, ਪਹਿਲਾਂ ਤਾਂ ਸਾਡੀ ਸਾਰੀ ਕਮਿਊਨਿਟੀ ਨੂੰ ਸਰੀ ਆਰਸੀਐਮਪੀ ਵੱਲੋਂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਇਹ ਜਿਹੜਾ ਤਿਉਹਾਰ ਹੈਗਾ ਇਹ ਬਹੁਤ ਹੀ ਵੱਡਾ ਤਿਉਹਾਰ ਹੈਗਾ ਸਾਡੀ ਕਮਿਊਨਿਟੀ ਦੇ ਵਿੱਚ, ਤੇ ਅਸੀਂ ਚਾਹੁੰਦੇ ਹੈਗੇ ਹਾਂ ਕਿ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਤੇ ਉਹਦੇ ਨਾਲ ਨਾਲ ਹੀ ਜਿਹੜੀ ਸੇਫਟੀ ਹੈਗੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ। ਸੋ ਜਿੱਦਾਂ ਕਿ ਤੁਸੀਂ ਗੱਲ ਕੀਤਾ ਕਿ ਸਜਾਵਟ ਘਰਾਂ ਦੇ ਵਿੱਚ ਕਰਨੀ, ਬਿਲਕੁਲ ਜੀ ਤੁਸੀਂ ਕਰ ਸਕਦੇ ਹੋ, ਇਹਦੇ ਵਿੱਚ ਕੋਈ ਸਾਡੇ ਵੱਲੋਂ ਕੋਈ ਹਦਾਇਤ ਨਹੀਂ ਹੈਗੀ। ਇੱਦਾਂ ਹੈਗੀ ਕਿ ਜਦੋਂ ਆਪਾਂ ਬਾਹਰ ਕੈਂਡਲਸ ਲਾਉਣੇ ਜਾਂ ਦੀਵੇ ਲਾਉਂਦੇ ਹੈਗੇ ਆ ਕਿ ਉਹਦੇ ਉੱਪਰ ਆਪਾਂ ਧਿਆਨ ਰੱਖੀਏ ਤਾਂ ਕਿ ਉਹਦੇ ਨਾਲ ਕਿਤੇ ਫਾਇਰ ਨਾ ਕੋਈ ਵੀ ਸਟਾਰਟ ਹੋਵੇ। ਅੱਛਾ, ਇਕੱਠ ਕਰਨ ਦੇ ਉੱਤੇ ਕੋਈ ਪਾਬੰਦੀ ਅੱਜ ਦੇ ਸਮੇਂ ਹੈਗਾ? ਕਿੰਨੇ ਕੁ ਲੋਕ ਕਿੱਥੇ ਇਕੱਠੇ ਹੋ ਸਕਦੇ ਕਿਸੇ ਫੰਕਸ਼ਨ ਤੇ, ਕਿਸੇ ਬਾਹਰ ਬਾਹਰ ਗੈਦਰਿੰਗ ਤੇ, ਦੀਵਾਲੀ ਤੇ ਮੋਸਟਲੀ ਗੁਰੂ ਘਰਾਂ ਦੇ ਵਿੱਚ ਇਕੱਠ ਜ਼ਿਆਦਾਤਰ ਲੋਕ ਕਾਫੀ ਕਰਦੇ ਆ, ਉਹਦੇ ਬਾਬਤ ਕੀ ਕਾਨੂੰਨ ਕਹਿੰਦਾ? ਸੋ ਹੁਣ ਇਸ ਵੇਲੇ ਕੋਈ ਵੀ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ, ਕਿਉਂਕਿ ਕੋਵਿਡ ਕਰਕੇ ਪਹਿਲਾਂ ਪਿਛਲੇ ਸਾਲ ਸਾਡੇ ਕੋਲ ਰਿਸਟ੍ਰਿਕਸ਼ਨ ਸੀਗੀਆਂ, ਉਹ ਸਾਰੀਆਂ ਰਿਸਟ੍ਰਿਕਸ਼ਨ ਹੁਣ ਜਾ ਚੁੱਕੀਆਂ ਹੈਗੀਆਂ। ਸੋ ਤੁਸੀਂ ਆਪਣੇ ਫਰੈਂਡਸ ਨੂੰ, ਫੈਮਿਲੀਜ਼ ਦੇ ਨਾਲ ਗੈਦਰ ਹੋ ਸਕਦੇ ਆ, ਆਪਣਾ ਸੈਲੀਬ੍ਰੇਟ ਕਰ ਸਕਦੇ ਹੈਗੇ ਆ। ਸਿਰਫ ਆਪਣੇ ਜਿਹੜੇ ਨੇਬਰਸ ਹੈਗੇ ਆ, ਇੰਨਾ ਜ਼ਰੂਰ ਹੈਗੇ ਕਿ ਰਿਸਪੈਕਟਫੁਲ ਆਪਣੇ ਨੇਬਰਸ ਜਿਹੜੇ ਹੈਗੇ, ਜਿਹੜੇ ਨਹੀਂ ਸੈਲੀਬ੍ਰੇਟ ਕਰਦੇ ਹੈਗੇ, ਜਿਹੜੇ ਕਿ ਆਪਣੇ ਭਾਈਚਾਰੇ ਦੇ ਵਿੱਚੋਂ ਨਹੀਂ ਹੈਗੇ ਆ, ਅਸੀਂ ਉਹਨਾਂ ਦੀ ਉਹਨਾਂ ਦੇ ਕਹਿ ਲਓ ਉਹਨਾਂ ਦਾ ਨੋਇਜ਼ ਲੈਵਲ ਜਿਹੜਾ ਆ ਉਹ ਇਸ ਕਦਰ ਰੱਖੀਏ ਕਿ ਉਹਨਾਂ ਨੂੰ ਬਾਦਰੇਸ਼ਨ ਨਾ ਹੋਵੇ ਕਿਸੇ ਤਰ੍ਹਾਂ ਦੀ। ਅੱਛਾ, ਰਾਤ ਨੂੰ ਕਿੰਨੀ ਕੁ ਦੇਰ ਤੱਕ ਪ੍ਰੋਗਰਾਮ ਕੀਤਾ ਜਾ ਸਕਦਾ ਹੈ, ਉਹ ਨਾਈਟ ਲਿਮਿਟ ਕੀ ਕਹਿੰਦੀ ਹੈ? ਸੋ ਬਾਇਲੋਜ਼ ਦੀ ਜਿਹੜੀ ਸਿਟੀ ਆਫ ਸਰੀ ਬਾਇਲੋਜ਼, ਉਹਨਾਂ ਦੀ ਵੈਬਸਾਈਟ ਦੇ ਉੱਪਰ ਜਿਹੜੀਆਂ ਨੋਇਜ਼ ਦੇ ਤੌਰ ਤੇ ਹਦਾਇਤਾਂ ਕੀ ਹੈਗੀਆਂ, ਉਹ ਸਾਰੀਆਂ ਤੁਸੀਂ ਜਾ ਕੇ ਐਕਸਪਲੋਰ ਕਰ ਸਕਦੇ ਹੈਗੇ ਕਿੰਨੇ ਤਰੀਕ ਤੱਕ। ਜ਼ਿਆਦਾ ਤੌਰ ਤੇ ਹੈਗਾ ਕਿ ਜੇ ਤੁਹਾਡੇ ਨੇਬਰਸ ਤੁਹਾਡੇ ਰੋਲੇ ਦੇ ਨਾਲ ਡਿਸਟਰਬ ਨਹੀਂ ਹੋਏ ਹੈਗੇ, ਤਾਂ ਤੁਸੀਂ ਚਾਹੇ 2 ਤੇ ਪਾਰਟੀ ਕਰ ਲਓ, ਚਾਹੇ 4 ਵਜੇ ਤੱਕ ਪਾਰਟੀ ਕਰ ਲਓ, ਐਸ ਲੌਂਗ ਐਸ ਤੁਸੀਂ ਆਪਣੇ ਕੋਈ ਉਤੋਂ ਫੈਕਟਰ ਜੇ ਨਹੀਂ ਹੋ ਰਿਹਾ, ਨਹੀਂ ਹੋ ਰਿਹਾ, ਤੁਸੀਂ ਕਿਸੇ ਨੂੰ ਬਾਦਰ ਨਹੀਂ ਕਰ ਰਹੇ ਹੈਗੇ, ਨੋਇਜ਼ ਲੈਵਲ ਸਿਰਫ ਤੁਹਾਡੇ ਘਰ ਦੇ ਵਿੱਚ ਹੀ ਹੈਗਾ ਆ, ਤਾਂ ਫਿਰ ਤੁਸੀਂ ਚਾਹੇ ਸਾਰੀ ਰਾਤ ਪਾਰਟੀ ਕਰ ਲਓ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਓਕੇ, ਔਰ ਗੁਰਦੁਆਰਾ ਸਾਹਿਬ ਬਾਬਤ ਵੀ ਕੋਈ ਖਾਸ ਹਦਾਇਤਾਂ ਹੁੰਦੀਆਂ ਨੇ ਕਿ ਗੁਰਦੁਆਰੇ ਵੱਲੋਂ ਪਰਮਿਸ਼ਨਸ ਲਈਆਂ ਜਾਂਦੀਆਂ ਨੇ, ਕਿਉਂਕਿ ਇਕੱਠ ਉੱਥੇ ਜਾ ਕੇ ਮੋਮਬੱਤੀਆਂ ਵੀ ਜਗਾਉਣੀਆਂ ਹੁੰਦੀਆਂ, ਦੀਵੇ ਵੀ ਜਗਾਉਣੇ ਹੁੰਦੇ ਆ, ਉਹਦੇ ਬਾਬਤ ਕੋਈ ਖਾਸ ਹਦਾਇਤ? ਸੋ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਜਾਂ ਆਪਣੇ ਮੰਦਰ ਦੀ ਆਪਾਂ ਗੱਲ ਕਰੀਏ, ਉੱਥੇ ਜਿਹੜੇ ਆਪਣੇ ਫਾਇਰ ਡਿਪਾਰਟਮੈਂਟ ਵਾਲੇ ਹੈਗੇ ਆ, ਉਹਨਾਂ ਦੇ ਨਾਲ ਮਿਲ ਕੇ ਉਹ ਆਪਣੀ ਸੇਫਟੀ ਵਾਸਤੇ ਜਿਹੜੀ ਸ਼ੇਅਰ ਟਿਪਸ ਕਰਦੇ ਹੈਗੇ ਆ ਕਿ ਇਨ ਕੇਸ ਜੇ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਕਿ ਜਿਹੜਾ ਆਪਣੇ ਕੈਂਡਲਸ ਜਾਂ ਦੀਵੇ ਚਲਾਏ ਹੈਗੇ ਆ ਜੇ ਉਹ ਆਊਟ ਆਫ ਕੰਟਰੋਲ ਹੋ ਜਾਣ ਤਾਂ ਕੀ ਕਰਨਾ ਚਾਹੀਦਾ ਹੈਗਾ ਹੈ, ਫਾਇਰ ਵਾਲੇ ਉੱਥੇ ਚੈੱਕਅਪ ਕਰਦੇ ਜਾ ਕੇ ਹੈਗੇ ਆ ਕਿ ਉਹਨਾਂ ਕੋਲ ਸਮਾਨ ਹੈਗਾ ਆ ਉਹਨੂੰ ਬਚਾਉਣ ਲਈ ਉਸੇ ਵੇਲੇ। ਸੋ ਸਾਰਾ ਕੁਛ ਜਿਹੜਾ ਪ੍ਰੀਕੋਸ਼ਨ ਉੱਥੇ ਇਨ ਪਲੇਸ ਹੈਗੇ ਆ, ਹਾਂਜੀ, ਜਾਣ ਤੋਂ ਪਹਿਲਾਂ।
ਫਿਰ ਹੁਣ ਅਗਲੀ ਸਭ ਤੋਂ ਮੇਨ ਐਕਸਾਈਟਿੰਗ ਜਿਹੜੀ ਬੱਚਿਆਂ ਦੀ ਗੱਲ ਹੁੰਦੀ ਹੈ ਜਾਂ ਕਈ ਵੱਡਿਆਂ ਲਈ ਵੀ ਉਹਨਾਂ ਦੇ ਬਚਪਨ ਦੇ ਸ਼ੌਂਕ ਹੁੰਦੇ ਉਹਦੇ ਪਟਾਕੇ ਚਲਾਉਣਾ ਦੀਵਾਲੀ ਦੇ ਉੱਤੇ ਉਹਦੇ ਬਾਬਤ ਕੀ ਹਦਾਇਤਾਂ ਨੇ ਸਰੀ ਆਰਸੀ ਐਮਪੀ ਨੂੰ ਸੋ ਸਿਟੀ ਆਫ ਸਰੀ ਦੇ ਵਿੱਚ ਜਿਹੜੇ ਫਾਇਰ ਵਰਕਸ ਹੈਗੇ ਉਹ ਅਲਾਊਡ ਨਹੀਂ ਹੈਗੇ ਇਹਦੇ ਵਿੱਚ ਐਕਸੈਪਸ਼ਨ ਇਹ ਹੈਗੀ ਹੈ ਕਿ ਜੇ ਤੁਹਾਡੇ ਕੋਲ ਪਰਮਿਟ ਹੈਗੀ ਆ ਤੇ ਸਰਟੀਫਿਕੇਟ ਹੈਗਾ ਤੇ ਇਹ ਜਿਹੜਾ ਹੈਗਾ ਆ ਇਹ ਸ਼ੁਰੂ ਇਸ਼ੂ ਕੀਤਾ ਜਾਂਦਾ ਹੈਗਾ ਸਰੀ ਫਾਇਰ ਸਰਵਿਸਿਜ਼ ਫਾਇਰ ਪ੍ਰੀਵੈਂਸ਼ਨ ਬ੍ਰਾਂਚ ਵੱਲੋਂ ਉਹ ਤੁਹਾਨੂੰ ਸਰਟੀਫਿਕੇਟ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੇ ਇਹ ਹੈਗਾ ਇਸ਼ੂ ਕੀਤਾ ਜਾਂਦਾ ਹੈਗਾ ਨੈਚੁਰਲ ਰਿਸੋਰਸਿਜ਼ ਕੈਨੇਡਾ ਵੱਲੋਂ ਤੁਸੀਂ ਸਿਟੀ ਆਫ ਸਰੀ ਤੇ ਵੈਬਸਾਈਟ ਤੇ ਜਾ ਕੇ ਜਿਹੜੀ ਪਰਮਿਟ ਹੈਗੀ ਆ ਫਾਇਰਵਰਕਸ ਦੀ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੈਗੇ ਆ ਉਹਦੇ ਤੁਹਾਨੂੰ ਪੈਸੇ ਲੱਗਦੇ ਹੈਗੇ ਆ ਜੇ ਪਰਮਿਟ 'ਚ ਲੈਣੀ ਹੈ ਉਹ ਤੋਂ ਬਗੈਰ ਤੁਸੀਂ ਫਾਇਰਵਰਕਸ ਨਾ ਤਾਂ ਤੁਸੀਂ ਵੇਚ ਸਕਦੇ ਆ ਤੇ ਨਾ ਹੀ ਉਹਨਾਂ ਨੂੰ ਤੁਸੀਂ ਆਪ ਯੂਜ਼ ਕਰ ਸਕਦੇ ਆ ਜਿੰਮੇਵਾਰ ਹੈਗੇ ਆ ਉਸ ਵੇਲੇ ਜੇ ਤੁਸੀਂ ਫਾਇਰਵਰਕ ਯੂਜ਼ ਕਰਨੇ ਹੈਗੇ ਪਰਮਿਟ ਦਾ ਮਕਸਦ ਜਿੰਮੇਵਾਰੀ ਹੈ ਕੋਈ ਹੋਰ ਵੀ ਹੈ ਨਾਲ ਕੀ ਇਹ ਜ਼ਿੰਮੇਵਾਰੀ ਹੈਗੀ ਤੇ ਉਹਦੇ ਨਾਲ ਨਾਲ ਤੁਹਾਨੂੰ ਉਹ ਇੱਕ ਸੇਫਟੀ ਦੀ ਟ੍ਰੇਨਿੰਗ ਦਿੰਦੇ ਹੈਗੇ ਆ ਜਿਹਦੇ ਕਿ ਤੁਹਾਨੂੰ ਦੱਸਿਆ ਜਾਂਦਾ ਹੈਗਾ ਹੈ ਕਿ ਜਿਹੜੇ ਤੁਸੀਂ ਫਾਇਰਵਰਕਸ ਜਿਹੜੇ ਲਏ ਹੈਗੇ ਆ ਉਹ ਕਿਸ ਤਰ੍ਹਾਂ ਯੂਜ਼ ਕਰਨੇ ਹੈਗੇ ਆ ਕਿੰਨੀ ਮੀਟਰ ਦੂਰ ਰੱਖਣਾ ਹੈਗਾ ਹਰੇਕ ਚੀਜ਼ ਤੋਂ ਜਿਹੜੀ ਕਿ ਯੂ ਨੋ ਜੇ ਇਨ ਕੇਸ ਤੇ ਕੋਈ ਐਕਸੀਡੈਂਟ ਹੋ ਜਾਂਦਾ ਹੈਗਾ ਤੁਹਾਡਾ ਫਾਇਰਵਰਕਸ ਨਹੀਂ ਚੱਲਿਆ ਤੇ ਉੱਥੇ ਹੀ ਆਲੇ ਦੁਆਲੇ ਕਿਤੇ ਹੋਰ ਅੱਗ ਨਾ ਲੱਗ ਜਾਵੇ ਸੋ ਉਹ ਤੁਹਾਡੇ ਬੰਦੇ ਨੂੰ ਉਹਨੂੰ ਪਰਮਿਟ ਤੇ ਸਰਟੀਫਿਕੇਟ ਮਿਲਦਾ ਹੈਗਾ ਜਿਹੜਾ ਉਹ ਸਾਰੀਆਂ ਹਦਾਇਤਾਂ ਨੂੰ ਫੋਲੋ ਕਰਦਾ ਹੈਗਾ ਓਕੇ ਬਿਲਕੁਲ ਠੀਕ ਹੈ ਅੱਛਾ ਜੇ ਕੋਈ ਗਰੁੱਪ ਮੈਂਬਰ ਇਕੱਠੇ ਹੋ ਕੇ ਕਿਤੇ ਪਾਰਟੀ ਕਰਨਾ ਚਾਹੁੰਦੇ ਆ ਉੱਥੇ ਲਈ ਪਰਮਿਸ਼ਨ ਲੈਣੀ ਚਾਹੁੰਦੇ ਆ ਕਿ ਉਹਦੇ ਵਾਸਤੇ ਵੀ ਪਰਮਿਸ਼ਨ ਲਈ ਜਾ ਸਕਦੀ ਹੈ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੁੰਦਾ ਆਰਗੇਨਾਈਜ਼ਰ ਜਾਂ ਫਿਰ ਜਿਹੜੇ ਉੱਥੇ ਕੋਈ ਮਤਲਬ ਦਰਸ਼ਕ ਆਏ ਨੇ ਪ੍ਰਸ਼ੰਸਕ ਆਏ ਨੇ ਜਾਂ ਕੋਈ ਹੋਰ ਗਰੁੱਪ ਮੈਂਬਰ ਆਏ ਨੇ ਉਹਦੇ ਵਾਸਤੇ ਕੀ ਜ਼ਿੰਮੇਵਾਰੀ ਜੇ ਇੱਕ ਇਹ ਆਰਗੇਨਾਈਜ਼ਡ ਇਵੈਂਟ ਹੈਗੀ ਆ ਤਾਂ ਉੱਥੇ ਦੇ ਜਿਹੜੇ ਹੋਸਟ ਹੈਗੇ ਆ ਇਹ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਉਸ ਵੇਲੇ ਓਕੇ ਜਿਹੜੇ ਉਸ ਪਾਰਟੀ ਨੂੰ ਕੰਡਕਟ ਕਰ ਰਹੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹਾਂਜੀ ਅੱਛਾ ਫਿਰ ਮਸਲਾ ਤੁਸੀਂ ਜਿਵੇਂ ਦੱਸਿਆ ਕਿ ਨਾ ਹੀ ਕੋਈ ਪਰਮਿਟ ਤੁਹਾਨੂੰ ਵੇਚ ਸਕਦਾ ਤੇ ਪਰ ਕੀ ਜਦੋਂ ਕੋਈ ਗਾਹਕ ਜਾਂ ਕੋਈ ਕਸਟਮਰ ਖਰੀਦਣ ਜਾਂਦਾ ਆ ਕੀ ਉਹਦੀ ਡਿਊਟੀ ਬਣਦੀ ਹੈ ਅਗਲੇ ਦਾ ਪਰਮਿਟ ਤੋਂ ਚੈੱਕ ਕਰੇ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਜਾਂ ਬਹੁਤ ਸਾਰੀਆਂ ਇਦਾਂ ਦੇ ਵੀ ਚੱਲਦੇ ਆ ਕਿ ਪਰਮਿਟ ਤੋਂ ਬਿਨਾਂ ਵੀ ਵੇਚੀ ਜਾਂਦੀ ਕਿਤੇ ਨਾ ਕਿਤੇ ਉਹਨਾਂ ਵਾਸਤੇ ਕੀ ਹਦਾਇਤ ਆ ਸੋ ਇਹ ਸਾਨੂੰ ਵੀ ਪਤਾ ਹੈਗਾ ਆ ਪੁਲਿਸ ਨੂੰ ਵੀ ਪਤਾ ਹੈਗਾ ਕਿ ਪਰਮਿਟ ਤੋਂ ਬਗੈਰ ਬਹੁਤ ਜ਼ਿਆਦਾ ਫਾਇਰਵਰਕਸ ਵੇਚੇ ਜਾਂਦੇ ਹੈਗੇ ਆ ਸਾਡੀ ਸਿਟੀ ਦੇ ਵਿੱਚ ਇਹ ਬਾਇਲੋ ਦਾ ਡਿਪਾਰਟਮੈਂਟ ਆ ਜਾਂਦਾ ਹੈਗਾ ਸੋ ਬਾਇਲੋਜ਼ ਜਾ ਕੇ ਚੈੱਕ ਕਰਦੇ ਹੈਗੇ ਤੁਸੀਂ ਕੰਪਲੇਂਟ ਵੀ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਹੈਗਾ ਕੋਈ ਪਰਮਿਟ ਤੋਂ ਬਗੈਰ ਫਾਇਰਵਰਕਸ ਵੇਚ ਰਿਹਾ ਹੈ ਤੁਹਾਡੇ ਆਂਢ ਗੁਆਂਢ 'ਚ ਕਿਤੇ ਵੀ ਕੁਝ ਹੋ ਰਿਹਾ ਹਾਂਜੀ ਬਿਕੋਜ਼ ਜਿਹੜੀ ਪਰਮਿਟ ਉਹਨਾਂ ਨੇ ਲਈ ਹੈਗੀ ਉਹਨਾਂ ਨੂੰ ਡਿਸਪਲੇ ਕਰਨੀ ਪੈਣੀ ਹੈਗੀ ਆ ਕਿ ਮੇਰੇ ਕੋਲ ਪਰਮਿਟ ਹੈਗੀ ਇਹਨਾਂ ਨੂੰ ਵੇਚਣ ਦੀ ਜੇ ਤੁਸੀਂ ਡਿਸਪਲੇ ਤੇ ਨਹੀਂ ਦੇਖਦੇ ਹੈਗੇ ਇਹਦਾ ਮਤਲਬ ਕਿ ਉਹਨਾਂ ਨੇ ਪਰਮਿਟ ਨਹੀਂ ਲਈ ਹੈਗੀ ਸੋ ਜੇ ਤੁਸੀਂ ਚਾਹੁੰਦੇ ਹੈਗੇ ਉਸ ਬੰਦੇ ਦੀ ਕੰਪਲੇਂਟ ਕੀਤੀ ਜਾਵੇ ਤੁਸੀਂ ਬਾਇਲੋਜ਼ ਨੂੰ ਫੋਨ ਕਰਕੇ ਉਹਦੀ ਕੰਪਲੇਂਟ ਕਰ ਸਕਦੇ ਆ ਤੇ ਇੱਥੇ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਕਿ ਜਿਹੜਾ ਇਹ ਪਰਮਿਟ ਤੋਂ ਬਗੈਰ ਜੇ ਕੋਈ ਵੇਚਦਾ ਹੈਗਾ ਆ ਉਹਦੀ $400 ਫਾਈਨ ਹੈਗਾ ਆ ਓਕੇ ਹਾਂਜੀ ਅੱਛਾ ਤਕਰੀਬਨ ਇਹ ਕੈਨੇਡਾ ਦੇ ਵਿੱਚ ਹਦਾਇਤਾਂ ਹੀ ਹੋਣਗੀਆਂ ਕਿ ਜਾਂ ਫਿਰ ਸਿਟੀ ਦੀਆਂ ਆਪੋ ਆਪਣੀਆਂ ਵੱਖਰੀਆਂ ਵੀ ਹੁੰਦੀਆਂ ਨੇ ਲੋਕਲ ਪੁਲਿਸ ਦੀਆਂ ਜਾਂ ਫਿਰ ਆਰਸੀਐਮਪੀ ਦੀਆਂ ਥਰੂ ਆਊਟ ਹੀ ਇਹ ਕੈਨੇਡਾ ਦੀ ਹਦਾਇਤਾਂ ਹੋਣਗੀਆਂ ਸੋ ਇਹ ਜਿਹੜੀਆਂ ਹਦਾਇਤਾਂ ਸਾਰੀਆਂ ਬਾਇਲਾਜ਼ ਵੱਲੋਂ ਆਉਂਦੀਆਂ ਹੈਗੀਆਂ ਸਪੈਸ਼ਲੀ ਜਦੋਂ ਫਾਇਰਵਰਕਸ ਦੀ ਆਪਾਂ ਗੱਲ ਕਰੀਏ ਤੇ ਵੇਚਣ ਦੀ ਚਲਾਉਣ ਦੀ ਇਹ ਸਾਰੀਆਂ ਬਾਇਲਾਜ਼ ਨੇ ਲਿਖੀਆਂ ਹੈਗੀਆਂ ਤੇ ਹਰੇਕ ਸਿਟੀ ਦੇ ਵਿੱਚ ਵੱਖਰੀਆਂ ਹੈਗੀਆਂ ਹਰੇਕ ਸਿਟੀ ਦੀਆਂ ਵੱਖਰੀਆਂ ਨੇ ਅੱਛਾ ਮੰਨ ਲਓ ਹੁਣ ਜਿੱਦਾਂ ਰਾਤ ਨੂੰ ਲੋਕ ਫਿਰ ਦੀਵਾਲੀ ਵਾਲੇ ਦਿਨ ਤੁਰੇ ਜਾਂਦੇ ਨੇ ਸੜਕਾਂ ਦੇ ਉੱਤੇ ਵੀ ਜਾਂਦੇ ਨੇ ਪੈਦਲ ਅਸੀਂ ਦੇਖੀਦਾ ਕਾਫੀ ਲੋਕ ਜਾਂਦੇ ਨੇ ਗੱਡੀਆਂ ਤੇ ਵੀ ਜਾਂਦੇ ਮਤਲਬ ਰਸ਼ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਹੋਰ ਕੋਈ ਜਿੱਥੇ ਗੈਦਰਿੰਗਸ ਹੁੰਦੀਆਂ ਨੇ ਪਬਲਿਕ ਉੱਥੇ ਹੋ ਜਾਂਦਾ ਉਹਦੇ ਬਾਬਤ ਖਾਸ ਕੀ ਤਿਆਰੀਆਂ ਆਰਸੀਐਮਪੀ ਵੱਲੋਂ ਕੀਤੀਆਂ ਨੇ ਬਿਲਕੁਲ ਜੀ ਸੋ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਗੁਰਦੁਆਰਾ ਸਾਹਿਬ ਮੰਦਰ ਉੱਥੇ ਰਾਤ ਨੂੰ ਲੋਕੀ ਸ਼ਾਮ ਨੂੰ ਜਾਣਾ ਸ਼ੁਰੂ ਹੋ ਜਾਂਦਾ ਆ ਆਪਣੇ ਯੂ ਨੋ ਆਪਣਾ ਮੱਥਾ ਟੇਕਣ ਜਾਣਾ ਆ ਉਹਨੇ ਦੀਵੇ ਬਾਲਣੇ ਹੈਗੇ ਉੱਥੇ ਸੋ ਗੁਰਦੁਆਰਾ ਸਾਹਿਬ ਦੇ ਦੁਆਲੇ ਤੇ ਮੰਦਰ ਦੁਆਲੇ ਪਾਰਕਿੰਗ ਦਾ ਬਹੁਤ ਵੱਡਾ ਇਸ਼ੂ ਬਣ ਜਾਂਦਾ ਹੈਗਾ ਆ ਤੇ ਉਹਦੇ ਨਾਲ ਜਿਹੜੇ ਪੈਡੈਸਟ੍ਰੀਅਨਸ ਹੁੰਦੇ ਕਈ ਵਾਰ ਉਹ ਜਿਹੜੀਆਂ ਰੂਲਸ ਹੈਗੇ ਆਫ ਦਾ ਰੋਡ ਫੋਲੋ ਨਹੀਂ ਕਰਦੇ ਹੈਗੇ ਸੋ ਸਾਡੇ ਵੱਲੋਂ ਇਹੀ ਹਦਾਇਤ ਹੈ ਕਿ ਜਿਹੜੇ ਮਾਰਕ ਕ੍ਰੋਸ ਵਾਕ ਹੈਗੇ ਉਹਨਾਂ ਨੂੰ ਯੂਜ਼ ਕੀਤਾ ਜਾਵੇ ਕਿਉਂਕਿ ਹੁਣ ਹਨੇਰਾ ਬਹੁਤ ਛੇਤੀ ਹੋ ਜਾਂਦਾ ਹੈਗਾ ਇਹੋ ਜਿਹੇ ਕਲੋਥਿੰਗ ਪਾਈ ਜਾਵੇ ਜਿਹੜੀ ਕਿ ਰਿਫਲੈਕਟਿਵ ਹੋਵੇ ਤਾਂ ਕਿ ਜੋ ਤੁਸੀਂ ਰੋਡ ਤੇ ਹੈਗੇ ਆ ਤਾਂ ਡਰਾਈਵਰ ਤੁਹਾਨੂੰ ਦੇਖ ਸਕਣ ਤੇ ਡਰਾਈਵਰ ਨੂੰ ਅਸੀਂ ਇਹ ਹਦਾਇਤ ਦਿੰਦੇ ਹੈਗੇ ਆ ਕਿ ਸਪੈਸ਼ਲੀ ਜੇ ਤੁਸੀਂ ਪਾਰਕਿੰਗ ਲੋਟ ਦੇ ਵਿੱਚ ਹੈਗੇ ਆ ਆਪਣਾ 4 ਵਜੇ ਦੇਖ ਕੇ ਹੀ ਆਪਣੀ ਗੱਡੀ ਨੂੰ ਮੂਵ ਕਰੋ ਕਿਉਂਕਿ ਕਈ ਵਾਰ ਲੋਕੀ ਉੱਥੇ ਵਾਕ ਕਰ ਰਹੇ ਹੁੰਦੇ ਆ ਕੋਈ ਅੰਦਰ ਆ ਰਿਹਾ ਕੋਈ ਜਾ ਰਿਹਾ ਹੈਗਾ ਸੋ ਕਾਫੀ ਮੂਵਮੈਂਟ ਹੁੰਦੀ ਆ ਸੋ ਆਲਵੇਜ਼ ਆਪਣਾ ਆਲੇ ਦੁਆਲੇ ਦੇਖ ਕੇ ਹੀ ਗੱਡੀ ਨੂੰ ਮੂਵ ਕਰੋ ਬਿਨਾਂ ਪਰਮਿਟ ਤੋਂ ਜੇਕਰ ਕੋਈ ਪਟਾਕੇ ਚਲਾਉਂਦਾ ਆ ਉਹਦਾ ਫਿਰ ਜਦੋਂ ਫੜਿਆ ਜਾਂਦਾ ਜਾਂ ਪਤਾ ਲੱਗਦਾ ਫਿਰ ਉਹ ਜੁਰਮਾਨਾ ਕੀ ਹੁੰਦਾ ਜਾਂ ਉਹਦੀ ਸਜ਼ਾ ਕੀ ਬਣਦੀ
हाँ जी, सो जे कोई कंप्लेंट आई साढ़े को, पहला तो मैं ये कहूँगी कि जो तुसी कंप्लेंट करनी हैगी आ दिवाली वाले दिन बायलॉज नू फोन करना पहला तुसी, ओ 12 बजे तक अवेलेबल हैगे आ कॉल्स लैण लई। उन्होंने नंबर मैं तुहानू दस दिनी हाँ, 604-591-4370, सो 604-591-4370 वह 12 बजे तक कॉल्स लैण लई। नंबर सरी वालियां लई आ, मैं कहा कि ये सरी वालियां लई, हाँ जी ये बिल्कुल जी सरी वालियां दा नंबर हैगा। 12 बजे तक बायलॉ ऑफिसर्स काम ते होणे हैगे, कोई भी जो कंप्लेंट्स है फायरवर्क्स करके जां पार्किंग इश्यूज है बायलॉज़ में फोन करना है। 12 बजे तो बाद जो नॉन एमरजेंसी नंबर है सिटी आरसीएमपी का 604-599-0502 फोन कर सकते हैं, तो जो 911 है वह सिर्फ एमरजेंसी लिए ही रिजर्व है। हाँ जी, सो साढ़े कई हरेक साल इदा होंगे कि बहुत ज्यादा कंप्लेन 911 से आनी है, लोग फायरवर्क्स की कंप्लेन कर रहे होंगे। सो असं यह रिक्वेस्ट करते हैं कम्यूनिटी को कि जो फायरवर्क्स की कंप्लेन $400 ਇਹ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹੈਗਾ। ਓਕੇ, ਜਿੰਨੇ ਮੈਂਬਰਸ ਉੱਥੇ ਉਸ ਚੀਜ਼ ਦੇ ਵਿੱਚ ਇਨਵੋਲਵ ਹੋ। ਹਾਂਜੀ ਬਿਲਕੁਲ ਜੀ, ਤੁਹਾਡਾ ਬਹੁਤ ਧੰਨਵਾਦ ਮੈਨੂੰ ਤੁਸੀਂ ਸਮੇਂ ਦੇ ਉੱਤੇ ਜਾਣਕਾਰੀ ਦਿੰਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਦੀਵਾਲੀ ਦੇ ਸੰਬੰਧੀ ਨੇ, ਜਿਨ੍ਹਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਆ, ਇਹ ਸਰੀ ਆਰਸੀਐਮਪੀ ਦਾ ਨੰਬਰ ਸੀਗੇ, ਸਰੀ ਆਰਸੀਐਮਪੀ ਨੂੰ ਜਾਣਕਾਰੀ ਦਿੱਤੀ ਗਈ। ਤੁਸੀਂ ਆਪਣੇ ਲੋਕਲ ਜਿਸ ਵੀ ਸ਼ਹਿਰ 'ਚ ਰਹਿੰਦੇ ਹੋ ਬਾਇਲਾਜ਼ ਦੇ ਨਾਲ ਕੰਟੈਕਟ ਕਰਕੇ ਪਰਮਿਟ ਲਈ ਅਪਲਾਈ ਕਰ ਸਕਦੇ ਹੋ, ਪਰਮਿਟ ਲੈ ਸਕਦੇ ਹੋ, ਕਿਉਂਕਿ ਨਜਾਇਜ਼ ਫਿਰ ਤੁਹਾਡਾ ਮਾਹੌਲ ਨਾ ਖਰਾਬ ਹੋਏ ਜਦੋਂ ਵੀ ਕਿਤੇ ਤੁਸੀਂ ਕੋਈ ਪ੍ਰੋਗਰਾਮ ਕਰਦੇ ਹੋ। ਅਗਾਂਹ ਉਹਦੀ ਪਰਮਿਸ਼ਨ ਲਈ ਜਾਏ ਤੇ ਮੇਰੇ ਖਿਆਲ ਇੱਕ ਕਮਿਊਨਿਟੀ ਦਾ ਫਰਜ਼ ਵੀ ਬਣਦਾ ਹੈ, ਸਾਰੇ ਕੁਛ ਦੇ ਵਿੱਚ ਪੁਲਿਸ ਦਾ ਤੇ ਬਾਇਲਾਜ਼ ਦਾ ਸਾਥ ਦਈਏ ਅਸੀਂ ਜਿੱਥੇ ਕਿਤੇ ਵੀ ਬੈਠੇ ਹਾਂ, ਤੇ ਦੀਵਾਲੀ ਜਿਹੜੀ ਆ ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮਨਾਈ ਜਾਏ, ਤਾਂ ਕਿ ਕੁਛ ਵੀ ਇਹੋ ਜਿਹੀ ਗੱਲਬਾਤ ਨਾ ਆਏ ਵੀ ਕਮਿਊਨਿਟੀ ਵੱਲੋਂ ਕੋਈ ਗਲਤ ਸੁਨੇਹਾ ਨਾ ਕਿਸੇ ਹੋਰ ਬਣੇ ਜਾਏ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਜੋਗਰਾ ਸਿੰਘ ਕਾਲੂ ਨੂੰ ਦਿਵਾ ਕੇ ਦੇਖੋ ਪ੍ਰਾਈਮ ਮਿਸ਼ਰ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।